ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿਸਥਾਰ ਸਹਿਤ ਪੜਾਂਗੇ ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਦੇਖੋ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਹੋਏ ਹਨ ਤੇ ਆਪ ਦਾ ਪਹਿਲਾ ਨਾਮ ਭਾਈ ਲੈਣਾ ਸੀ ਠੀਕ ਹੈ ਭਾਈ ਲੈਣਾ ਨਾਮ ਸੀ ਦੇਖੋ ਇਹਨਾਂ ਦਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਮਿਲੇ ਤਾਂ ਉਹਨਾਂ ਨੇ ਆਪ ਦਾ ਅੰਗ ਜਾਨੀ ਗੁਰੂ ਅੰਗਦ ਦੇਵ ਜੀ ਇਹਨਾਂ ਦਾ ਨਾਮ ਰੱਖਿਆ ਤੇ ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਭਾਈ ਫੇਰੂ ਮਲ ਦੇ ਘਰ ਹੋਇਆ ਸੀ 28 ਬਾਰੇ ਦੀ ਉਮਰ ਵਿੱਚ ਆਪ ਦਾ ਸੰਪਰਕ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਤੇ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਨ ਭਗਤ ਬਣ ਗਏ ਠੀਕ ਹੈ ਆਪ ਦੀ ਨਿਮਰਤਾ ਲਗਨ ਤੇ ਸੇਵਾ ਭਾਵ ਨੂੰ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਆਪ ਨੇ ਲੋਕਾਂ ਨੂੰ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਸਿਖਾਈ ਤੇ ਉਸ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਆਪ ਦੀ ਸਾਰੀ ਰਚਨਾ ਸ਼ਲੋਕਾਂ ਦੇ ਰੂਪ ਵਿੱਚ ਹੈ ਯਾਦ ਰੱਖਣਾ ਵੀ ਸ਼ਲੋਕ ਹੈ ਇਹਨਾਂ ਦੇ ਇਹ ਸ਼ਲੋਕ ਗਿਣਤੀ ਵਿੱਚ 62 ਹਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈਆਂ ਵਖ ਵਖ 12 ਵਿੱਚ ਦਰਜ ਹੈ ਬਾਣੀ ਦਾ ਮੁੱਖ ਵਿਸ਼ਾ ਗੁਰੂ ਭਗਤੀ ਤੇ ਸੇਵਾ ਭਾਵ ਹੈ ਤੇ ਆਪਨੇ ਆਪਣੀ ਬਾਣੀ ਰਾਹੀਂ ਸੁਚੱਜਾ ਜੀਵਨ ਜਿਉਣ ਲਈ ਬੜੀ ਸੌਖੀ ਤੇ ਸਾਦਾ ਬੋਲੀ ਵਿੱਚ ਸੁਝਾਅ ਦਿੱਤੇ ਹਨ ਕੈ ਤੁਕਾ ਨੂੰ ਤਾਂ ਲੋਕ ਆਮ ਬੋਲਚਾਲ ਵਿੱਚ ਉਹ ਖੋਤਾਂ ਵਾਂਗ ਪ੍ਰਯੋਗ ਕਰਦੇ ਹਨ ਤੇ ਸਾਡੇ ਅੱਜ ਦੇ ਕਾਵ ਸੰਗ੍ਰਹਿ ਵਿੱਚ ਇਹਨਾਂ ਦੇ ਸ਼ਲੋਕ ਸ਼ਾਮਿਲ ਕੀਤੇ ਗਏ ਆ ਤੇ ਜਿਦੇ ਵਿੱਚ ਆਪਨੇ ਸੱਚੇ ਪ੍ਰਮਾਤਮਾ ਪ੍ਰਤੀ ਸੱਚਾ ਪ੍ਰੇਮ ਲਗਨ ਤੇ ਜੀਵਨ ਨੀਤੀ ਦੇ ਕੁਝ ਨੁਕਤੇ ਦੱਸੇ ਹਨ ਤਾਂ ਚਲੋ ਪੜਦੇ ਆ ਇਹਨਾਂ ਦਾ ਪਹਿਲਾ ਸ਼ਲੋਕ ਦੇਖੋ ਅੱਠੀ ਪੈਰੀ ਅੱਠ ਖੰਡ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕੋ ਭਾਲੇ ਗੁਣੀ ਗਹਿਿਰ ਕਰਮ ਬੰਤੀ ਸਲਾਇਆ ਨਾਨਕ ਕਾਰਗੁਰ ਪੀਰ ਤਾਂ ਪਹਿਲਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਦੇਖੋ ਮੈਂ ਤਿੰਨ ਲਾਈਨਾਂ ਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਦੱਸਦੀ ਆ ਅੱਠੀ ਪੈਰੀ ਦਾ ਮਤਲਬ ਹੁੰਦਾ ਦਿਨ ਦੇ ਅੱਠੇ ਪਹਿਰ ਠੀਕ ਹੈ ਅੱਠ ਪਹਿਰ ਹੁੰਦੇ ਆ ਨਾ ਦਿਨ ਦੇ ਵਿੱਚ ਤਾਂ ਉਹ ਅੱਠੇ ਪਹਿਰ ਅੱਠ ਖੰਡ ਦਾ ਮਤਲਬ ਹੁੰਦਾ ਧਰਤੀ ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿੱਚ ਜਿਵੇਂ ਧਰਤੀ ਨੂੰ ਨੌ ਖੰਡਾਂ ਵਿੱਚੋਂ ਇੱਕ ਖੰਡ ਸਰੀਰ ਨੂੰ ਮੰਨ ਲਿਆ ਜਾਵੇ ਤਾਂ ਧਰਤੀ ਦੇ ਬਾਕੀ ਬਚੇ ਅੱਠਾਂ ਖੰਡਾਂ ਦੇ ਪਦਾਰਥਾਂ ਦੇ ਵਿੱਚ ਅੱਠ ਖੰਡ ਕਿਹਾ ਗਿਆ ਤੇ ਗੁਣੀ ਗਹੀਰ ਦਾ ਮਤਲਬ ਹੈ ਗੁਣਾ ਵਾਲੇ ਪ੍ਰਭੂ ਨੂੰ ਠੀਕ ਹੈ ਦੇ ਅੱਠੀ ਪੈਰੀ ਅੱਠ ਕੰਡ ਨਾਵਾਂ ਖੰਡ ਸਰੀਰ ਤੇ ਇਸ ਵਿੱਚ ਨੌ ਨਿੱਦ ਨਾਮ ਏਕ ਪਾਲੇ ਗੁਣੀ ਗਹੀਰ ਤਾਂ ਗੁਣੀ ਗਹੀਰ ਦਾ ਮਤਲਬ ਉਸ ਪਰਮਾਤਮਾ ਨੂੰ ਗੁਣਾ ਵਾਲੇ ਪ੍ਰਭੂ ਨੂੰ ਕਿਹਾ ਗਿਆ ਤੇ ਕਰਮਵੰਤੀ ਦਾ ਮਤਲਬ ਹੈ ਭਾਗਾ ਵਾਲਿਆਂ ਨੇ ਤੇ ਕਰ ਕਰ ਦਾ ਮਤਲਬ ਹੈ ਤਾਰਕੇ ਠੀਕ ਹੈ ਕਰ ਗੁਰਪੀਰ ਜਨ ਤਾਰਕੇ ਗੁਰੂ ਪੀਰ ਨੂੰ ਤਾਂ ਪ੍ਰਸੰਗ ਦੇਖੋ ਪਹਿਲਾਂ ਇਹਨਾਂ ਲਾਈਨਾਂ ਦਾ ਇਕ ਕਾਵ ਟੋਟਾ ਸਾਡੀ ਮੱਧਕਾਲੀ ਨੂੰ ਪੰਜਾਬੀ ਕਾਵ ਚਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਅੰਗਦ ਦੇਵ ਜੀ ਦੇ ਸ਼ਬਦ ਅੱਠੀ ਪੈਰੀ ਅੱਠ ਖੰਡ ਵਿੱਚੋਂ ਲਿਆ ਗਿਆ ਹੈ ਇਸ ਸ਼ਬਦ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੋਈ ਭਾਗਾ ਵਾਲੇ ਹੀ ਧਰਤੀ ਉੱਪਰ ਗੁਰੂ ਪੀਰ ਦੇ ਲੜ ਲੱਗ ਕੇ ਸਰੀਰ ਵਿੱਚ ਅਥਾਹ ਗੁਣਾ ਵਾਲੇ ਪ੍ਰਭੂ ਦੀ ਭਾਲ ਕਰਦੇ ਹਨ ਅਜਿਹੇ ਮਨੁੱਖ ਸਵੇਰ ਦੇ ਚੌਥੇ ਪੈਰ ਉੱਠ ਕੇ ਸਾਰਾ ਦਿਨ ਗੁਰਮੁਖਾਂ ਦੀ ਸੰਗਤ ਕਰਦੇ ਹੋਏ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਦੇ ਤੇ ਦੁੱਖ ਸੁੱਖ ਨੂੰ ਇੱਕ ਕਰਕੇ ਮੰਨਦੇ ਹਨ ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ ਕੀ ਫਰਮਾਉਂਦੇ ਆ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ ਕਿ ਜੇ ਧਰਤੀ ਦੇ ਨੌ ਖੰਡਾਂ ਵਿੱਚੋਂ ਨੌਵਾਂ ਖੰਡ ਮਨੁੱਖੀ ਸਰੀਰ ਨੂੰ ਮੰਨ ਲਿਆ ਜਾਵੇ ਠੀਕ ਹੈ ਨਾਵਾਂ ਖੰਡ ਸਰੀਰ ਵੀ ਨੌਵਾਂ ਖੰਡ ਹੈ ਜਿਹੜਾ ਉਹ ਮਨੁੱਖੀ ਸਰੀਰ ਨੂੰ ਮੰਨ ਲਿਆ ਜਾਵੇ ਤਾਂ ਅੱਠੇ ਪੈਰ ਮਨੁੱਖ ਦਾ ਮੰਨ ਧਰਤੀ ਦੇ ਅੱਠਾਂ ਖੰਡਾਂ ਦੇ ਪਦਾਰਥਾਂ ਦਾ ਰਾਸ ਲੈਣ ਵਿੱਚ ਲੱਗਾ ਰਹਿੰਦਾ ਹੈ ਤੇ ਕੋਈ ਵਿਰਲੇ ਭਾਗਾਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਇਸ ਨੌਵੇਂ ਖੰਡ ਰੂਪ ਸਰੀਰ ਵਿੱਚ ਨੌ ਨਿਦ ਨਾਮ ਲੱਭਦੇ ਹਨ ਠੀਕ ਹੈ ਗੁਣੀ ਗਹੀਰ ਜ ਜਿਹਨੇ ਗੁਣੀ ਗਹੀਰ ਤੁਹਾਨੂੰ ਦੱਸਿਆ ਵੀ ਗੁਣਾ ਵਾਲੇ ਪ੍ਰਭੂ ਨੂੰ ਲੱਭ ਕੇ ਠੀਕ ਹੈ ਗੁਣਾ ਵਾਲੇ ਪ੍ਰਭੂ ਦੇ ਲੜ ਲੱਗ ਕੇ ਤੇ ਉਹ ਨੌ ਨਿਦ ਨਾਮ ਲੱਭਦੇ ਹਨ ਅਰਥਾਤ ਅਥਾ ਗੁਣਾ ਵਾਲੇ ਪ੍ਰਭੂ ਨੂੰ ਪਾਲਦੇ ਹਨ ਕਰਮਵੰਤੀ ਹੁੰਦੇ ਦੇਖੋ ਭਾਗਾਾਂ ਵਾਲੇ ਤੁਹਾਨੂੰ ਦੱਸਿਆ ਵੀ ਭਾਗਾਾਂ ਵਾਲੇ ਲੋਕ ਹੈ ਜਿਹੜੇ ਅਗਲੀਆਂ ਲਾਈਨਾਂ ਦੇਖੋ ਉਥੇ ਪੈਰ ਸੁਭਾਇ ਕੇ ਸੁਰਤਿਆ ਉਪਜੇ ਚਾਓ ਤਿੰਨਾ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾਓ ਉਥੇ ਅੰਮ੍ਰਿਤ ਵੰਡਿਏ ਕਰਮੀ ਹੋਏ ਪਸਾਓ ਕੰਚਨ ਕਾਇਆ ਕੱਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰਸਰਾਫ ਕੀ ਬੋੜ ਨਾ ਪਾਈ ਤਾਓ ਤਾਂ ਸੁਰਤਿਆ ਦਾ ਮਤਲਬ ਹੈਗਾ ਦੇਖੋ ਉੱਚੀ ਸੁਰਤ ਵਾਲਿਆਂ ਨੂੰ ਦਰਿਆਵਾਂ ਸਿਓ ਜਿਹਨੇ ਦਰਿਆਵਾਂ ਨਾਲ ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੋਵੇ ਠੀਕ ਹੈ ਉਹਨਾਂ ਨੂੰ ਦਰਿਆਵਾਂ ਸਿਓ ਜਿਨੇ ਉਹਨਾਂ ਦੇ ਨਾਲ ਮਨ ਦਾ ਮਤਲਬ ਮਨ ਵਿੱਚ ਪਸਾਉ ਬਖਸ਼ਿਸ਼ ਕੰਚਨ ਹੁੰਦਾ ਹੈ ਸੋਨਾ ਠੀਕ ਹੈ ਕਸੀਏ ਕਸ ਲਾਈ ਜਾਏ ਜਾਂ ਪਰਖ ਕੀਤੀ ਜਾਏ ਤਾਂ ਵੰਨੀ ਚੜੇ ਚੜਾਓ ਦਾ ਮਤਲਬ ਸੋਨਾ ਰੰਗ ਚੜਦਾ ਹੈ ਵੰਨੀ ਚੜੇ ਚੜਾਓ ਜਦ ਨਹੀਂ ਵਖਰਾ ਹੀ ਰੰਗ ਚੜ ਜਾਂਦਾ ਸੋਹਣਾ ਰੰਗ ਚੜਦਾ ਪ੍ਰਸੰਗ ਤੈਨਾਂ ਲਾਈਨਾਂ ਦਾ ਦੇਖੋ ਪਹਿਲਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਤਾਂ ਆਪਾਂ ਥੋੜੀਆਂ ਜੀਆਂ ਲਾਈਨਾਂ ਦੀ ਹੁਣ ਅਗਲੀਆਂ ਦੀ ਵਿਆਖਿਆ ਕਰਦੇ ਹਾਂ ਤਾਂ ਕੀ ਫਰਮਾਉਂਦੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਉਹ ਫਰਮਾਉਂਦੇ ਹਨ ਕਿ ਸਵੇਰ ਦੇ ਚੌਥੇ ਪਹਿਰ ਠੀਕ ਹੈ ਚੌਥੇ ਪਹਿਰ ਸਵਾਇ ਕੇ ਚੌਥੇ ਪਹਿਰ ਅਰਥਾਤ ਅੰਮ੍ਰਿਤ ਵੇਲੇ ਉੱਠ ਕੇ ਉੱਚੀ ਸੁਰਤ ਵਾਲੇ ਬੰਦਿਆਂ ਦੇ ਮਨ ਵਿੱਚ ਪ੍ਰਮਾਤਮਾ ਦੇ ਨੌ ਨਿੱਧ ਨਾਮ ਦਾ ਚਾ ਪੈਦਾ ਹੁੰਦਾ ਹੈ ਸੁਰਤਿਆ ਉਪਜੇ ਚਾਓ ਜੋ ਜਣੀ ਉਹਨਾਂ ਦੇ ਮਨ ਦੇ ਵਿੱਚ ਉੱਚੀ ਸੁਰਤ ਵਾਲੇ ਲੋਕਾਂ ਦੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਤੇ ਉਸ ਵੇਲੇ ਉਹਨਾਂ ਦੀ ਸਾਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੋ ਠੀਕ ਹੈ ਜਿਵੇਂ ਤਿੰਨਾ ਦਰਿਆ ਸਿਓ ਦੋਸਤੀ ਜਣੀ ਦੋਸਤੀ ਹੋ ਜਾਂਦੀ ਹੈ ਉਹਨਾਂ ਦੇ ਉਹਨਾਂ ਨਾਲ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੋਵੇ ਤੇ ਉਹਨਾਂ ਦੇ ਮਨ ਤੇ ਮੂੰਹ ਵਿੱਚ ਪ੍ਰਮਾਤਮਾ ਦਾ ਨਾਮ ਸਦਾ ਵਸਦਾ ਹੈ ਠੀਕ ਹੈ ਮਨ ਮੁਖ ਸੱਚਾ ਨਾਉ ਮਨ ਤੇ ਵੀ ਤੇ ਮੂੰਹ ਦੇ ਉੱਪਰ ਵੀ ਮਨ ਵਿੱਚ ਵੀ ਤੇ ਮੁਖ ਦੇ ਉੱਪਰ ਵੀ ਪ੍ਰਮਾਤਮਾ ਦਾ ਨਾਮ ਸੱਚਾ ਨਾਮ ਆ ਜਿਹੜਾ ਉਹ ਵਸਦਾ ਉੱਥੇ satsang ਵਿੱਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ ਉੱਥੇ ਅੰਮ੍ਰਿਤ ਵੰਡিয়ে ਕਰਮੀ ਹੋਏ ਪਸਾਉ ਜੇ ਨਹੀਂ satsang ਦੇ ਵਿੱਚ ਨਾਮ ਅੰਮ੍ਰਿਤ ਵੰਡਿਆ ਜਾਂਦਾ ਹੈ ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਹੁੰਦੀ ਹੈ ਠੀਕ ਹੈ ਜੇ ਉਹਨਾਂ ਦੇ ਕਾਰਮ ਚੰਗੇ ਆ ਪਸਾਉ ਹੁੰਦੀ ਹੈ ਬਖਸ਼ਿਸ਼ ਤਾਂ ਨਾਮ ਦੀ ਬਖਸ਼ਿਸ਼ ਹੁੰਦੀ ਹੈ ਜਿਸ ਤਰ੍ਹਾਂ ਸੋਨੇ ਨੂੰ ਤਾ ਦੇ ਕੇ ਕਸ ਲਾ ਕੇ ਉਸ ਨੂੰ ਪਰਖਿਆ ਜਾਂਦਾ ਹੈ ਕਾਂਚਨ ਕਾਇਆ ਕਸੀਏ ਠੀਕ ਹੈ ਕਾਂਚਨ ਸੋਨਾ ਦੇਖੋ ਉਹਦੀ ਕਾਇਆ ਨੂੰ ਜਦੋਂ ਕਸਿਆ ਜਾਂਦਾ ਪਰਖਿਆ ਜਾਂਦਾ ਇਸੇ ਤਰ੍ਹਾਂ ਅਮਰਤ ਵੇਲੇ ਦੀ ਘਾਲ ਕਮਾਈ ਦੀ ਉਹਨਾਂ ਨੂੰ ਕਸ ਲੱਗ ਜਾਂਦੀ ਹੈ ਤੇ ਉਹਨਾਂ ਉੱਤੇ ਭਗਤੀ ਦਾ ਸੋਹਣਾ ਰੰਗ ਚੜ ਜਾਂਦਾ ਵੰਨੀ ਚੜੇ ਚੜਾਓ ਜਦੋਂ ਸਰਾਫ ਪ੍ਰਭੂ ਦੀ ਮਿਹਰ ਹੁੰਦੀ ਹੈ ਸਰਾਫ ਦੇਖੋ ਕੌਣ ਹੁੰਦਾ ਸੋਨੇ ਦੀ ਪਰਖ ਕਰਨ ਵਾਲਾ ਠੀਕ ਹੈ ਤੇ ਇੱਥੇ ਪ੍ਰਭੂ ਪਰਮਾਤਮਾ ਨੂੰ ਸਰਾਫ ਕਿਹਾ ਗਿਆ ਨਦਰ ਹੁੰਦੀ ਹੈ ਦੇਖੋ ਨਜ਼ਰ ਜਦੋਂ ਪਰਮਾਤਮਾ ਦੀ ਨਜ਼ਰ ਬੰਦੇ ਤੇ ਉੱਤੇ ਪੈ ਜਾਂਦੀ ਹੈ ਤਾਂ ਫਿਰ ਉਸ ਨੂੰ ਹੋਰ ਤਪੌਣ ਜਾਂ ਫਿਰ ਘਾਲਾਂ ਘਾਲਾਂ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਅਗਲੀਆਂ ਲਾਈਨਾਂ ਦੇਖੋ ਸੱਤੀ ਪੈਰੀ ਸਤਪਲਾ ਬਈਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ ਉਥੇ ਖੋਟੇ ਸੱਤੀਏ ਖਰੇ ਕੀਚੇ ਸਾਵਾਸ ਬੋਲਨ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ ਤਾਂ ਸੱਤ ਉੱਚੇ ਆਚਰਨ ਵਾਲਾ ਤੇ ਫਾਦਲ ਹੁੰਦਾ ਫਜ਼ੂਲ ਠੀਕ ਹੈ ਬਾਕੀ ਸਾਰੇ ਸੌਖੇ ਆ ਸ਼ਬਦ ਪਰ ਫਿਰ ਵੀ ਆਪਾਂ ਜਦੋਂ ਵਿਆਖਿਆ ਕਰਾਂਗੇ ਉਹਦੇ ਵਿੱਚ ਤੁਹਾਨੂੰ ਨਾਲ-ਨਾਲ ਦੱਸ ਦਾਂਗੇ ਵੀ ਕੀ ਦਾ ਕੀ ਅਰਥ ਹੈ ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ ਤੇ ਗੁਰੂ ਜੀ ਫਰਮਾਉਂਦੇ ਆ ਕਿ ਇੱਕ ਅੱਠਵਾਂ ਪਹਿਰ ਠੀਕ ਹੈ ਅੱਠਵਾਂ ਪਹਿਰ ਅਰਥਾਤ ਅਮਰਤ ਵੇਲਾ ਪ੍ਰਭੂ ਚਰਨਾਂ ਵਿੱਚ ਬਿਤਾ ਕੇ ਬਾਕੀ ਦੇ ਸੱਤਾਂ ਪਹਿਰਾਂ ਵਿੱਚ ਭਲਾ ਆਚਰਣ ਬਣਾਉਣ ਦੀ ਲੋੜ ਹੈ ਜੇ ਇੱਕ ਅੱਠਵਾਂ ਇੱਕ ਅੱਠਵਾਂ ਪਹਿਰ ਹੈ ਜਦੋਂ ਆਪਾਂ ਉੱਠ ਕੇ ਜਣੀ ਸੱਤ ਪਹਿਰ ਤਾਂ ਇਸ ਤੋਂ ਬਿਨਾ ਹੋਗੇ ਨਾ ਸੱਤੀ ਪਹਿਰੀ ਸੱਤ ਭਲਾ ਤੇ ਨਹੀਂ ਬਾਕੀਆਂ ਦੇ ਵਿੱਚ ਤਾਂ ਭਲਾ ਆਚਰਣ ਬਣਾਉਣਾ ਸੀ ਤੇ ਇੱਕ ਅੱਠਵਾਂ ਪਹਿਰ ਆ ਜਿਹੜਾ ਉਹ ਗੁਰੂ ਦੇ ਨਾਮ ਤੇ ਲਾ ਦੇਣਾ ਪ੍ਰਭੂ ਚਰਨਾ ਦੇ ਵਿੱਚ ਲਾ ਦੇਣਾ ਇਸ ਕਰਕੇ ਮਨੁੱਖ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਚਾਹੀਦਾ ਹੈ ਉਹਨਾਂ ਦੀ ਸੰਗਤ ਵਿੱਚ ਬੈਠਿਆਂ ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ ਤੇ ਝੂਠ ਦੀ ਪੂੰਜੀ ਹੈ ਜਿਹੜੀ ਉਹ ਘਟਦੀ ਹੈ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਜਿਹੜੀ ਉੱਥੇ ਜਿਹੜੀ ਝੂਠ ਦੀ ਪੁੰਜੀ ਉਹ ਘਟ ਜਾਂਦੀ ਹੈ ਤੇ ਚੰਗੇ ਮੰਦੇ ਕੰਮਾਂ ਦੀ ਵਿਚਾਰ ਹੁੰਦੀ ਹੈ ਕਿਉਂਕਿ ਉਸ ਸੰਗਤ ਦੇ ਵਿੱਚ ਖੋਟੇ ਕੰਮਾਂ ਨੂੰ ਪਰਾਂ ਸੁੱਟ ਦਿੱਤਾ ਜਾਂਦਾ ਤੇ खरे ਕੰਮਾਂ ਦੀ ਸ਼ਲਾਗਾ ਕੀਤੀ ਜਾਂਦੀ ਹੈ ਜਦੋਂ ਗੁਰਮੁਖਾਂ ਦੀ ਸੰਗਤ ਹੁੰਦੀ ਹੈ ਨਾ ਤੇ ਉਦੋਂ ਉੱਥੇ ਕੀ ਹੁੰਦਾ ਜਿਹੜੇ ਖੋਟੇ ਕੰਮ ਹੁੰਦੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਤੇ खरे ਕੰਮ ਆ ਜਿਹੜੇ ਉਹਨਾਂ ਦੀ ਸ਼ਲਾਗਾ ਕੀਤੀ ਜਾਂਦੀ ਹੈ ਪ੍ਰਸ਼ੰਸਾ ਕੀਤੀ ਜਾਂਦੀ ਹੈ ਤੇ ਉੱਥੇ ਇਹ ਵੀ ਸਮਝ ਪਿਆ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗिला ਕਰਨਾ ਵਿਅਰਥ ਹੈ ਕਿਉਂਕਿ ਦੁੱਖ ਸੁੱਖ ਉਹ ਪ੍ਰਭੂ ਆਪ ਹੀ ਦਿੰਦਾ ਹੈ ਬੋਲਣ ਫਾਦਲ ਫਾਦਲ ਦਾ ਮਤਲਬ ਫਜ਼ੂਲ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਈ ਖਸਮੇ ਪ੍ਰਭੂ ਪਰਮਾਤਮਾ ਨੂੰ ਕਿਹਾ ਗਿਆ ਵੀ ਦੁੱਖ ਸੁੱਖ ਉਸ ਦੇ ਵੱਲੋਂ ਸਾਨੂੰ ਮਿਲੇ ਆ ਤੇ ਇਸ ਵਾਸਤੇ ਗਿਲਾ ਕਰਨਾ ਵਿਅਰਥ ਹੈ ਫਜ਼ੂਲ ਹੈ ਚਲੋ ਹੁਣ ਪੜਦੇ ਹਾਂ ਅੱਠੀ ਪੈਰੀ ਅੱਠ ਗੰਡ ਸ਼ਬਦ ਦਾ ਕੇਂਦਰੀ ਭਾਵ ਮਨੁੱਖ ਨੂੰ ਸਾਰਾ ਦਿਨ ਧਰਤੀ ਦੇ ਪਦਾਰਥਾਂ ਦਾ ਰਸ ਲੈਣ ਦੀ ਥਾਂ ਦਿਨ ਦੇ ਪਹਿਲੇ ਪਹਿਰ ਅਰਥਾਤ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਰੀਰ ਰੂਪੀ ਖੰਡ ਵਿੱਚ ਨੌ ਨਿਦ ਨਾਮ ਦੀ ਭਾਲ ਕਰਨੀ ਚਾਹੀਦੀ ਹੈ ਤੇ ਬਾਕੀ ਸੱਤੇ ਪਹਿਰ ਗੁਰਮੁਖਾ ਨਾਲ ਸਾਂਝ ਪਾ ਕੇ ਉੱਚਾ ਆਚਰਨ ਦੀ ਉਸਾਰੀ ਕਰਨੀ ਚਾਹੀਦੀ ਹੈ ਤੇ ਦੁੱਖ ਸੁੱਖ ਨੂੰ ਪ੍ਰਭੂ ਦਾ ਭਾਣਾ ਸਮਝਣਾ ਚਾਹੀਦਾ ਹੈ ਅਗਲਾ ਸ਼ਬਦ ਦੇਖੋ ਆਖਣ ਆਖਣਾ ਰੱਜੇ ਆਖਣਾ ਆਖਣਾ ਰੱਜੇ ਸੁਣਨ ਨ ਰੱਜੇ ਕੰਨ ਅੱਖੀ ਦੇਖ ਨ ਰੱਜੀ ਐ ਗੁਣਗਾ ਹਕਿਕ ਵਨ ਭੁੱਖਿਆ ਭੁੱਖ ਨਾ ਉਤਰੇ ਗਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੇ ਜਾ ਗੁਣ ਕੈ ਗੁਣ ਸਮਾਏ ਤਾਂ ਆਖਨ ਦਾ ਮਤਲਬ ਦੇਖੋ ਮੂੰਹ ਆਖਨ ਨੂੰ ਕਿਹਾ ਗਿਆ ਤੇ ਇੱਕ ਵਨ ਦਾ ਮਤਲਬ ਇੱਕ ਰੰਗ ਦੇ ਜਾਂ ਇੱਕ ਇੱਕ ਕਿਸਮ ਦੇ ਭੁੱਖਿਆ ਦਾ ਮਤਲਬ ਭੁੱਖ ਦੇ ਅਧੀਨ ਹੋ ਜਾਂਦੀ ਗੱਲੀ ਦਾ ਮਤਲਬ ਗੱਲੀ ਜਾਂ ਗੱਲਾਂ ਕੀਤਿਆਂ ਜਾਂ ਸਮਝਾਉਂਦੇ ਆ ਤੇ ਗੁਣੀ ਹੁੰਦਾ ਗੁਣਾ ਦੇ ਮਾਲਕ ਪ੍ਰਭੂ ਵਿੱਚ ਤਾਂ ਪ੍ਰਸੰਗ ਦੇਖੋ ਇਹਨਾਂ ਲਾਈਨਾਂ ਦਾ ਇਹ ਕਾਵ ਟੋਟਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਹੈ ਤੇ ਇਹ ਮੱਧ ਕਾਲੀਨ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਅੱਖ ਨਾ ਅੱਖ ਨਾ ਰੱਜਿਆ ਅਸਰ ਲੇਖੇਟ ਦਰਜ ਹੈ ਇਸ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖ ਦੀ ਇੰਦਰੀਆਂ ਦੀ ਭਿੰਨ ਭਿੰਨ ਪ੍ਰਕਾਰ ਦੀ ਭੁੱਖ ਤਾਂ ਹੀ ਤ੍ਰਿਪਤ ਹੁੰਦੀ ਹੈ ਜੇ ਉਹ ਗੁਣਾਂ ਦੇ مالک ਪ੍ਰਭੂ ਦੇ ਗੁਣ ਉਚਾਰ ਕੇ ਉਸ ਵਿੱਚ ਲੀਨ ਹੋ ਜਾਵੇ ਤਾਂ ਹੁਣ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ ਕੀ ਫਰਮਾਉਂਦੇ ਆ ਗੁਰੂ ਜੀ ਉਹ ਫਰਮਾਉਂਦੇ ਹਨ ਕਿ ਮਨੁੱਖ ਦਾ ਮੂੰਹ ਬੋਲ-ਬੋਲ ਕੇ ਨਹੀਂ ਰੱਜਦਾ ਅੱਖ ਨਾ ਅੱਖ ਨਾ ਰੱਜੇ ਆ ਠੀਕ ਹੈ ਅੱਖ ਨ ਹੁੰਦਾ ਮੂੰਹ ਆਖ ਦਾ ਮਤਲਬ ਹੁੰਦਾ ਬੋਲ-ਬੋਲ ਕੇ ਠੀਕ ਹੈ ਨਾ ਰੱਜੇ ਤਾਂ ਨਹੀਂ ਰਾਜਦਾ ਅਰਥਾਤ ਉਸ ਦਾ ਗੱਲਾਂ ਕਰਨ ਦਾ ਚਸਕਾ ਕਦੇ ਵੀ ਨਹੀਂ ਮੁੱਕਦਾ ਤੇ ਉਸ ਦੇ ਕਾਰਨ ਗੱਲਾਂ ਸੁਣ ਸੁਣ ਕੇ ਨਹੀਂ ਰਾਜਦੇ ਸੁਣਨ ਨਾ ਰੱਜੇ ਕੰਨ ਜਣੀ ਸੁਣ ਸੁਣ ਕੇ ਗੱਲਾਂ ਕੰਨ ਵੀ ਨਹੀਂ ਰਾਜਦੇ ਤੇ ਅੱਖੀਂ ਦੇਖਣਾ ਰੱਜੇ ਆ ਤੇ ਅੱਖਾਂ ਜਿਹੜੀਆਂ ਉਹ ਰੂਪ ਰੰਗ ਵੇਖ ਕੇ ਨਹੀਂ ਰਾਜਦੀਆਂ ਤਾਂ ਇਹ ਸਾਰੀਆਂ ਜਿਹੜੀਆਂ ਇੰਦਰੀਆਂ ਇੱਕ ਇੱਕ ਪ੍ਰਕਾਰ ਦੇ ਰਸਾਂ ਦੇ ਗਾਹਕ ਹਨ ਠੀਕ ਹੈ ਅਲੱਗ ਅਲੱਗ ਰਸਾਂ ਦੇ ਗਾਹਕ ਹਨ ਤੇ ਇਹ ਆਪੋ ਆਪਣੇ ਰਸਾਂ ਦੀ ਗਾਕੀ ਵਿੱਚ ਰਾਜਦੇ ਨਹੀਂ ਤੇ ਰਸਾਂ ਦੇ ਅਧੀਨ ਹੋਏ ਇਹਨਾਂ ਇੰਦਰੀਆਂ ਦਾ ਚਸਕਾ ਕਦੇ ਮਿਟਦਾ ਨਹੀਂ ਠੀਕ ਹੈ ਭੁੱਖਿਆ ਭੁੱਖ ਨਾ ਉੱtre ਤਾਂ ਇਹਨਾਂ ਦਾ ਚਸਕਾ ਜਿਹੜਾ ਉਹ ਕਦੇ ਨਹੀਂ ਮਿਟਦਾ ਇਹਨਾਂ ਦਾ ਇਹ ਚਸਕਾ ਗੱਲਾਂ ਨਾਲ ਸਮਝਾਇਆ ਵੀ ਨਹੀਂ ਮਿਟਦਾ ਗੱਲੀ ਭੁੱਖ ਨਾ ਜਾਏ ਤਾਂ ਗੱਲਾਂ ਨਾਲ ਸਮਝਾਏ ਤੋਂ ਵੀ ਇਹਨਾਂ ਦਾ ਚਸਕਾ ਜਿਹੜਾ ਉਹ ਨਹੀਂ ਮਿਟਦਾ ਅਸਲ ਵਿੱਚ ਕੀ ਹੈ ਵੀ ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਾਂ ਹੀ ਤ੍ਰਿਪਤ ਹੋ ਸਕਦਾ ਹੈ ਜੇ ਉਹ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿੱਚ ਲੀਨ ਹੋ ਜਾਏ। ਨਾਨਕ ਭੁੱਖਾ ਤਾਂ ਰੱਜੇ ਜਾਗੁਣ ਕਹਿ ਗੁਣੀ ਸਮਾਏ। ਵੀ ਜਾਨੀ ਉਹ ਭੁੱਖਾ ਜਿਹੜਾ ਉਹ ਤਾਂ ਹੀ ਰੱਜ ਸਕਦਾ ਹੈ ਜੇ ਉਹ ਪਰਮਾਤਮਾ ਦੇ ਲੜ ਲੱਗ ਜਾਵੇ ਤੇ ਉਹਦੀ ਭਗਤੀ ਦੇ ਵਿੱਚ ਲੀਨ ਹੋ ਜਾਵੇ। ਤਾਂ ਹੁਣ ਦੇਖੋ ਇਹ ਸ਼ਬਦ ਦਾ ਕੇਂਦਰੀ ਭਾਵ ਮਨੁੱਖ ਦੀਆਂ ਇੰਦਰੀਆਂ ਦੀ ਭਿੰਨ-ਭਿੰਨ ਪ੍ਰਕਾਰ ਦੀ ਭੁੱਖ ਤਾਂ ਹੀ ਤ੍ਰਿਪਤ ਹੁੰਦੀ ਹੈ ਜੇਕਰ ਉਹ ਗੁਣਾਂ ਦੇ ਮਾਲਕ ਪ੍ਰਮਾਤਮਾ ਦੇ ਗੁਣ ਵਿਚਾਰ ਕੇ ਉਸ ਵਿੱਚ ਲੀਨ ਹੋ ਜਾਵੇ। ਅਗਲਾ ਸ਼ਬਦ ਦੇਖੋ। ਨਾਨਕ ਪਰਖੇ ਆਪਕੋ। ਨਾਨਕ ਪਰਖੇ ਆਪਕੋ ਤਾਂ ਪਾਰਖ ਜਾਨ, ਰੋਗਦਾਰੂ ਦੋਵੇ 부ਜੇ ਤਾਂ ਵੈਦ ਸੁਜਾਨ। ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ, ਮੂਲ ਜਾਣੇ ਗਲਾ ਕਰੇ, ਹਾਣੇ ਲਾਏ ਹਾਨ। ਲੱਭ ਨਾ ਚੱਲੀ ਸੱਚ ਰਹੀਂ ਸੋ ਵਿਸ਼ਟ ਪਰਵਾਨ ਸਰ ਸੰਦੇ ਆਕਾਸ਼ ਕੋ ਕਿਉਂ ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਾਹਿ ਦੜ ਜਾਨ ਤਾਂ ਸੁਜਾਨ ਦੇਖੋ ਕਿਹਾ ਗਿਆ ਸਿਆਣੇ ਨੂੰ ਠੀਕ ਹੈ ਸੁਜਾਨ ਸ਼ਬਦ ਵਰਤਿਆ ਇਥੇ ਸਿਆਣੇ ਵਾਸਤੇ ਵਾਟ ਦਾ ਮਤਲਬ ਹੁੰਦਾ ਰਾਹ ਵਿੱਚ ਤੇ ਮਾਮਲਾ ਝਮੇਲੇ ਜਾਂ ਝਗੜੇ ਤੇ ਮੂਲ ਹੁੰਦਾ ਅਸਲਾ ਠੀਕ ਹੈ ਅਸਲ ਜਨਕੀ ਹੈ ਮੂਲ ਸਾਡਾ ਕੀ ਹੈ ਬੇਸਿਕ ਜਿਹੜੀ ਆਪਾਂ ਕਹਿ ਸਕਦੇ ਆ ਹਾਨੀ ਹੁੰਦਾ ਉਮਰ ਦਾ ਸਮਾ ਤੇ ਹਾਨ ਹੁੰਦਾ ਹਾਨੀ ਜਾਂ ਹਾਂ ਉਮਰ ਜਾਂ ਆਪਣੇ ਸੁਭਾਅ ਵਾਲੇ ਜਾਂ ਫਿਰ ਸਸੰਗੀ ਕਹਿ ਲੋ ਠੀਕ ਹੈ ਲੱਭ ਹੁੰਦਾ ਲੱਭ ਨਾਲ ਜਾਂ ਲੱਭ ਦੇ ਆਸਰੇ ਤੇ ਵਿਸ਼ਟ ਹੁੰਦਾ ਵਿਚੋਲਾ ਪ੍ਰਵਾਨ ਮੰਨਿਆ ਪ੍ਰਵਾਨ ਕੀਤਾ ਮਨਜ਼ੂਰ ਕੀਤਾ ਠੀਕ ਹੈ ਸਰ ਦਾ ਮਤਲਬ ਹੁੰਦਾ ਤੀਰ ਤੇ ਸੰਦੇ ਚਲਾਏ ਆਕਾਸ਼ ਆਕਾਸ਼ ਬਾਣ ਦਾ ਮਤਲਬ ਵੀ ਤੀਰ ਹੈ ਤੇ ਅਗਮ ਹੁੰਦਾ ਜਿਸ ਤੱਕ ਪਹੁੰਚਿਆ ਨਾ ਜਾ ਸਕੇ ਠੀਕ ਹੈ ਪ੍ਰਭੂ ਪਰਮਾਤਮਾ ਜਿਸ ਤੱਕ ਪਹੁੰਚਣਾ ਸੌਖਾ ਨਹੀਂ ਵਾਹਿ ਦੜ ਦਾ ਮਤਲਬ ਹੁੰਦਾ ਤੀਰ ਵਾਹਣ ਵਾਲੀ ਤਾਂ ਪ੍ਰਸੰਗ ਦੇਖੋ ਇਹਨਾਂ ਲਾਈਨਾਂ ਦਾ ਵੀ ਇਹ ਕਾਵ ਟੋਟਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਤੇ ਮੱਧਕਾਲੀ ਦੀ ਪੰਜਾਬੀ ਕਾਵ ਚਾਲਕਾਂ ਦੀ ਇਤਿਹਾਸ ਪੁਸਤਕ ਵਿੱਚ ਦਰਜ ਨਾਮ ਪਰਖੇ ਆਪਕੋ ਸਰਲੇਖਿਤ ਦਰਜਾ ਇਸ ਵਿੱਚ ਗੁਰੂ ਜੀ ਨੇ ਸੱਚੇ 파ਰਖੂ ਦੇ ਗੁਣ ਦੱਸੇ ਹਨ ਸੱਚਾ 파ਰਖੂ ਜਣੀ ਪਰਖਣ ਵਾਲਾ ਕੌਣ ਹੈ ਉਹਦੇ ਗੁਣ ਦੱਸਿਆ ਸਾਰੇ ਦੇ ਵਿੱਚ ਸਾਰੀਆਂ ਲਾਈਨਾਂ ਦੇ ਵਿੱਚ ਤਾਂ ਦੇਖੋ ਅਸੀਂ ਪੜ੍ਹਦੇ ਹਾਂ ਕੀ ਫਰਮਾਉਂਦੀ ਹੈ ਸ਼ਿਰ ਗੁਰੂ ਅੰਗਦ ਦੇਵ ਜੀ ਉਹ ਕਹਿੰਦੇ ਹਨ ਕਿ ਦੂਜਿਆਂ ਦੀ ਪਰਚੋਲ ਕਰਨ ਦੀ ਥਾਂ ਜੇ ਮਨੁੱਖ ਆਪਣੇ ਆਪ ਦੀ ਪਰਖ ਕਰੇ ਠੀਕ ਹੈ ਨਾਨਕ ਪਰਖੇ ਆਪ ਕੋ ਤਾਂ ਜੇ ਆਪਣੇ ਆਪ ਦੀ ਪਰਖ ਕਰੇ ਤਾਂ ਉਸ ਨੂੰ ਅਸਲ 파ਰਖੂ ਸਮਝਣਾ ਚਾਹੀਦਾ ਹੈ ਤਾਂ ਉਹੀ ਅਸਲ 파ਰਖੂ ਹੈ ਜਣੀ 파ਰਖ ਜਾਣ ਦੂਜਾਂ ਦੇ ਵਿਕਾਰ ਰੂਪ ਰੋਗ ਲੱਭਣ ਦੀ ਥਾਂ ਜੇ ਮਨੁੱਖ ਆਪਣੇ ਆਤਮਿਕ ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਵੇ ਤਾਂ ਉਸ ਨੂੰ ਸਿਆਣਾ ਹਕੀਮ ਜਾਣਨਾ ਚਾਹੀਦਾ ਹੈ। ਠੀਕ ਹੈ ਰੋਗਦਾਰੂ ਦੋਵੇਂ ਬੁੱਝੇ ਤਾਂ ਵੈਦ ਜਾਣ ਵੀ ਉਹੀ ਸਿਆਣਾ ਹਕੀਮ ਹੈ ਜਿਹੜਾ ਕਿ ਆਪਦੀ ਆਤਮਿਕ ਰੋਗ ਤੇ ਰੋਗ ਦਾ ਇਲਾਜ ਜਾਣ ਸਕੇ। ਇਹੋ ਜਿਹਾ ਜਾਨ ਵੈਦ ਜ਼ਿੰਦਗੀ ਦੇ ਰਾਹ ਵਿੱਚ ਹੋਰਨਾਂ ਨਾਲ ਝੇੜੇ ਨਹੀਂ ਪਾ ਬੈਠਦਾ। ਸਗੋਂ ਉਹ ਆਪਣੇ ਆਪ ਨੂੰ ਦੁਨੀਆ ਵਿੱਚ ਮੁਸਾਫਿਰ ਸਮਝਦਾ ਹੈ। ਤੇ ਆਪਣੀ ਅਸਲੀ ਪ੍ਰਭੂ ਨਾਲ ਡੂੰਗੀ ਸਾਝ ਪਾ ਕੇ ਹੀ ਗੱਲ ਕਰਦਾ ਹੈ ਤੇ ਆਪਣਾ ਸਮਾਂ ਸਤਸੰਗੀਆਂ ਵਿੱਚ ਬੈਠ ਕੇ گزارਦਾ ਹੈ ਉਹ ਮਨੁੱਖ ਲਾਲਚ ਦੇ ਆਸਰੇ ਨਹੀਂ ਤੁਰਦਾ ਸਗੋਂ ਸੱਚ ਵਿੱਚ ਟਿਕਿਆ ਰਹਿੰਦਾ ਹੈ ਅਜਿਹਾ ਮਨੁੱਖ ਆਪ ਤਾਂ ਡਰਦਾ ਹੀ ਹੈ ਤੇ ਉਹ ਹੋਰਨਾਂ ਲਈ ਪ੍ਰਮਾਣਿਕ ਵਿਚੋਲਾ ਬਣ ਜਾਂਦਾ ਹੈ ਠੀਕ ਹੈ ਆਪ ਤਾਂ ਡਰਦਾ ਤੇ ਹੋਰਨਾਂ ਦੇ ਲਈ ਵੀ ਪ੍ਰਮਾਣ ਬਣ ਜਾਂਦਾ ਇਸ ਚੀਜ਼ ਦਾ ਵਿਚੋਲਾ ਬਣ ਜਾਂਦਾ ਹੈ ਪਰ ਜਿਹੜਾ ਮਨੁੱਖ ਆਪਮਾਨਮੁਖ ਹੁੰਦਾ ਤਾਂ ਝਗੜੇ ਕਰਦਾ ਗੁਰਮੁਖਾਂ ਦੇ ਨਾਲ ਉਸ ਦੀ ਹਾਲਤ ਐ ਉਹ ਹੁੰਦੀ ਐ ਜਿਵੇਂ ਕੋਈ ਆਕਾਸ਼ ਨੂੰ ਤੀਰ ਮਾਰਦਾ ਹੋਵੇ ਠੀਕ ਐ ਆਕਾਸ਼ ਦੇ ਵਿੱਚ ਤੀਰ ਮਾਰਨ ਦਾ ਕੋਈ ਫਾਇਦਾ ਨਾ ਹੁੰਦਾ ਇਸ ਕਰਕੇ ਉਹਦੀ ਹਾਲਤ ਇਹ ਜੀ ਹੁੰਦੀ ਐ ਜੋ ਮਨੁੱਖ ਆਕਾਸ਼ ਵੱਲ ਤੀਰ ਮਾਰਦਾ ਹੈ ਉਸ ਦਾ ਤੀਰ ਕਿਸੇ ਨਿਸ਼ਾਨੇ ਤੇ ਨਹੀਂ ਪਹੁੰਚਦਾ ਕਿਉਂਕਿ ਆਕਾਸ਼ ਤਾਂ ਅੱਗੋਂ ਅਪਹੁੰਚ ਹੈ ਠੀਕ ਐ ਵਿਅੋਤਾ ਕੋਈ ਨਹੀਂ ਪਹੁੰਚ ਸਕਦਾ ਉਹ ਅਪਹੁੰਚ ਹੈ ਫਿਰ ਇਹ ਗੱਲ ਪੱਕੀ ਹੈ ਕਿ ਤੀਰ ਚਲਾਉਣ ਵਾਲਾ ਆਪ ਹੀ ਵਿੰਨਿਆ ਜਾਂਦਾ ਹੈ ਅੱਗੇ ਉਹ ਅਗੰਮ ਹੈ ਠੀਕ ਹੈ ਪੱਕੀ ਗੱਲ ਹੈ ਇਹ ਵੀ ਉਹ ਵਾਹਿਦੜ ਜਾਣ ਵੀ ਜਿਹੜਾ ਤੀਰ ਚਲਾਉਂਦਾ ਤੀਰ ਵਾਉਂਦਾ ਉਹ ਆਪ ਹੀ ਵਿੰਨਿਆ ਜਾਂਦਾ ਹੈ ਤਾਂ ਅੱਗੇ ਦੇਖੋ ਇਸ ਸ਼ਬਦ ਦਾ ਕੇਂਦਰੀ ਭਾਵ ਵੀ ਸੱਚਾ ਪਾਰ ਖੂ ਦੂਜਾਂ ਦੇ ਵਿਕਾਰ ਦੋਸ਼ ਲੱਭਣ ਦੀ ਥਾਂ ਆਪਣਾ ਆਤਮਿਕ ਰੋਗ ਤੇ ਉਸ ਦਾ ਇਲਾਜ ਲੱਭਦਾ ਹੈ ਤੇ ਹੋਰਨਾਂ ਨਾਲ ਝੇੜੇ ਪਾਉਣ ਦੀ ਥਾਂ ਜਾਂ ਝਗੜੇ ਪਾਉਣ ਦੀ ਥਾਂ ਆਪਣੇ ਮਸਲੇ ਪ੍ਰਭੂ ਨਾਲ ਸਾਂਝ ਪਾ ਕੇ ਆਪਣਾ ਸਮਾਂ ਸਤਸੰਗੀਆਂ ਨਾਲ گزارਦਾ ਹੋਇਆ ਆਪ ਵੀ ਤਰਦਾ ਹੈ ਤੇ ਹੋਰਨਾਂ ਨੂੰ ਤਾਰਨ ਲਈ ਪ੍ਰਮਾਣਿਕ ਵਿਚੋਲਾ ਬਣ ਜਾਂਦਾ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਤਾਂ ਅਗਲਾ ਸ਼ਬਦ ਦੇਖੋ ਇਹ ਜਗ ਸੱਚੇ ਕੀ ਹੈ ਕੋਠੜੀ ਏ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਇ ਲੈ ਇਕਨਾ ਹੁਕਮੇ ਕਰੇ ਵਿਨਾਸ਼ ਇਕਨਾ ਪਾਣੀ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਏ ਪੇ ਆਖ ਨਾ ਜਾ ਪਈ ਜੇ ਕਿਸੇ ਨਾ ਆਨੈ ਰਾਸ ਨਾਨਕ ਗੁਰਮੁਖ ਜਾਣੀਏ ਤਾਂ ਕੋ ਆਪ ਕਰੇ ਪ੍ਰਗਾਸ ਤਾਂ ਸੱਚੇ ਕੀ ਹੈ ਕੋਠੜੀ ਦਾ ਮਤਲਬ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਥਾਂ ਹੈ ਇਕਨਾ ਦਾ ਮਤਲਬ ਕਈ ਜੀਵਾਂ ਨੂੰ ਸਮਾਇਲ ਹੈ ਆਪਣੇ ਵਿੱਚ ਸਮਾ ਲੈਂਦਾ ਹੈ ਠੀਕ ਹੈ ਵਿਨਾਸ਼ ਦਾ ਮਤਲਬ ਨਾਸ਼ ਕਰਦਾ ਹੈ ਪਾਣੀ ਆਪਣੀ ਰਜ਼ਾ ਅਨਸਾਰ ਏ ਵੀ ਦਾ ਮਤਲਬ ਹੈਗਾ ਇਸੇ ਤਰ੍ਹਾਂ ਵੀ ਜਾਂ ਇਹ ਗੱਲ ਵੀ ਆਖ ਨਾ ਜਾਪੇ ਦਾ ਆਖੀ ਨਹੀਂ ਜਾ ਸਕਦੀ ਜੀ ਦਾ ਮਤਲਬ ਕੀ ਤੇ ਆਨੇ ਰਾਸ ਦਾ ਮਤਲਬ ਰਾਸ ਲਿਆਉਂਦਾ ਹੈ ਜਾਂ ਬੇੜਾ ਪਾਰ ਕਰਦਾ ਹੈ ਜਾਂ ਕੋ ਦਾ ਮਤਲਬ ਜਿਸ ਮਨੁੱਖ ਉਤੇ ਤੇ ਪ੍ਰਗਾਸ ਦਾ ਮਤਲਬ ਹੈਗਾ ਚਾਨਣ ਜੰਗਿਆਂ ਪ੍ਰਸੰਗ ਦੇਖੋ ਇਹਨਾਂ ਸ਼ਬਦਾਂ ਦਾ ਇਹ ਕਾਵ ਟੋਟਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਰਚਨਾ ਹੈ ਜੋ ਕਿ ਮੱਧਕਾਲੀਨ ਪੰਜਾਬੀ ਕਾਵ ਚਾਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਇਹ ਜੱਗ ਸੱਚੇ ਕੀ ਕੋਠੜੀ ਸਰਲੇਖੇਟ ਹੈ ਤੇ ਇਹ ਸ਼ਬਦ ਗੁਰੂ ਜੀ ਨੇ ਇਸ ਸੰਸਾਰ ਨੂੰ ਸੱਚੇ ਪ੍ਰਮਾਤਮਾ ਦਾ ਨਿਵਾਸ ਸਥਾਨ ਦੱਸਦਿਆਂ ਇੱਥੇ ਵਰਤ ਰਿਹਾ ਉਸ ਦੇ ਹੁਕਮ ਦੇ ਵਰਤਾਰੇ ਦਾ ਜ਼ਿਕਰ ਕੀਤਾ ਵੀ ਉਸ ਪ੍ਰਮਾਤਮਾ ਦਾ ਹੁਕਮ ਹੀ ਇੱਥੇ ਵਰਤਦਾ ਹੈ ਉਸ ਵਰਤਾਰੇ ਦਾ ਇਹਨਾਂ ਨੇ ਇੱਥੇ ਜ਼ਿਕਰ ਕੀਤਾ ਤਾਂ ਕੀ ਕਹਿੰਦੇ ਸ੍ਰੀ ਗੁਰੂ ਅੰਗਦ ਦੇਵ ਜੀ ਇਹਨਾਂ ਲਾਈਨਾਂ ਦੇ ਵਿੱਚ ਦੇਖੋ ਵੀ ਉਹ ਕਹਿੰਦੇ ਹਨ ਕਿ ਇਹ ਸੰਸਾਰ ਸੱਚੇ ਪ੍ਰਮਾਤਮਾ ਦੇ ਰਹਿਣ ਦੀ ਥਾਂ ਹੈ ਸੱਚਾ ਪ੍ਰਮਾਤਮਾ ਆਪ ਇਸ ਵਿੱਚ ਵਸ ਰਿਹਾ ਹੈ ਸੱਚੇ ਕਾ ਵਿੱਚ ਵਾਸ ਵੀ ਸੱਚੇ ਪ੍ਰਮਾਤਮਾ ਦਾ ਇਸ ਵਿੱਚ ਵਾਸ ਹੈ ਉਹ ਕਈ ਜੀਵਾਂ ਨੂੰ ਆਪਣੇ ਹੁਕਮ ਅਨਸਾਰ ਇਸ ਸੰਸਾਰ ਸਾਗਰ ਵਿੱਚੋਂ ਕੱਢ ਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਜਿਵੇਂ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ਼ ਤੇ ਪਰ ਕਈ ਜੀਵਾਂ ਨੂੰ ਆਪਣੇ ਹੁਕਮ ਅਨਸਾਰ ਇਸੇ ਵਿੱਚ ਡੋਬ ਕੇ ਉਹਨਾਂ ਦਾ ਨਾਸ਼ ਕਰ ਦਿੰਦਾ ਹੈ ਤੇ ਕਈ ਜੀਵਾਂ ਨੂੰ ਆਪਣੀ ਰਜ਼ਾ ਅਨਸਾਰ ਮਾਇਆ ਦੇ ਮੋਹ ਵਿੱਚੋਂ ਕੱਢ ਲੈਂਦਾ ਹੈ ਇਕ ਨਾ ਬਾਣੀ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਤੇ ਪਰ ਕਈਆਂ ਨੂੰ ਉਹ ਇਸੇ ਵਿੱਚ ਫਸਾਈ ਰੱਖਦਾ ਹੈ ਮਾਇਆ ਦੇ ਵਿੱਚ ਕਈਆਂ ਦਾ ਉਹ ਨਿਵਾਸ ਕਰੀ ਰੱਖਦਾ ਹੈ ਇਹ ਗੱਲ ਵੀ ਆਖੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਵੇੜਾ ਪਾਰ ਕਰਦਾ ਹੈ ਜਿਸ ਵਡਭਾਗੀ ਮਨੁੱਖ ਨੂੰ ਉਹ ਗਿਆਨ ਰੂਪ ਚਾਨਣ ਬਖਸ਼ਦਾ ਹੈ ਉਸ ਨੂੰ ਗੁਰੂ ਦੀ ਰਾਹੀਂ ਸਾਰੀ ਸਮਝ ਪੈ ਜਾਂਦੀ ਹੈ ਠੀਕ ਹੈ ਗੁਰੂ ਦੇ ਰਾਹ ਹੀ ਉਸ ਨੂੰ ਸਾਰੇ ਸਮਝ ਆ ਜਿਹੜੀ ਉਹ ਪੈ ਜਾਂਦੀ ਹੈ ਉਸ ਗੁਰਮੁਖ ਨੂੰ ਜਿਹਦੇ ਕੇ ਚੰਗੇ ਕਰਮ ਕੀਤੇ ਹੁੰਦੇ ਆ ਤਾਂ ਅੱਗੇ ਸ਼ਬਦ ਦਾ ਕੇਂਦਰੀ ਭਾਵ ਦੇਖੋ ਇਹ ਸੰਸਾਰ ਸੱਚੇ ਪ੍ਰਮਾਤਮਾ ਦੇ ਨਿਵਾਸ ਦੀ ਥਾਂ ਹੈ ਇਸ ਵਿੱਚ ਪ੍ਰਮਾਤਮਾ ਆਪਣੇ ਹੁਕਮ ਨਾਲ ਕਈ ਜੀਵਾਂ ਨੂੰ ਮਾਇਆ ਦੇ ਮੋਹ ਵਿੱਚੋਂ ਕੱਢ ਕੇ ਆਪਣੇ ਨਾਲ ਜੋੜ ਲੈਂਦਾ ਹੈ ਤੇ ਕਈਆਂ ਨੂੰ ਇਸੇ ਮਾਇਆ ਦੇ ਮੋਹ ਵਿੱਚ ਫਸਾਈ ਰੱਖਦਾ ਹੈ ਤੇ ਉਸ ਦੇ ਇਸ ਹੁਕਮ ਦੀ ਸੋਝੀ ਗੁਰੂ ਦੀ ਸਿੱਖਿਆ ਨਾਲ ਹੀ ਪ੍ਰਾਪਤ ਹੁੰਦੀ ਹੈ ਅਗਲਾ ਸ਼ਬਦ ਦੇਖੋ ਹਉਮੀ ਇਹ ਆ ਜਾਤ ਹੈ ਹਉਮੀ ਇਹ ਆ ਜਾਤ ਹੈ ਹਉਮੀ ਕਰਮ ਕਮਾਏ ਹਉਮੀ ਇਹ ਬੰਦਨਾ ਫਿਰ ਫਿਰ ਜੋਨੀ ਪਾਏ ਤਾਂ ਔਖੇ ਸ਼ਬਦਾਂ ਦੇ ਅਰਥ ਦੇਖੋ ਇਹਦੇ ਵਿੱਚੋਂ ਜਾਤੀ ਦਾ ਮਤਲਬ ਹੈਗਾ ਵੀ ਕੁਦਰਤੀ ਸੁਭਾਅ ਜਾਂ ਲੱਛਣ ਹਉਮੀ ਕਰਮ ਦਾ ਮਤਲਬ ਹਉਮੀ ਦੇ ਕੰਮ ਉਹ ਕੰਮ ਜਿਨ੍ਹਾਂ ਨਾਲ ਹਉਮੀ ਕਾਇਮ ਰਹੇ ਠੀਕ ਹੈ ਇਹ ਹੀ ਦਾ ਮਤਲਬ ਹੈਗਾ ਇਹੋ ਹੀ ਸਾਂਗਤਾ ਦੇਖੋ ਇਹਨਾਂ ਲਾਈਨਾਂ ਦਾ ਪਹਿਲਾ ਮੰਗੀ ਹੋਵੇਗਾ ਬਸ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਵਿੱਚ ਗੁਰੂ ਜੀ ਨੇ ਹਉਮੈ ਦੇ ਸਰੂਪ ਚਰਿੱਤਰ ਤੇ ਇਲਾਜ ਦਾ ਉਲੇਖ ਕੀਤਾ ਹੈ ਤਾਂ ਵਿਆਖਿਆ ਦੇਖੋ ਇਹਨਾਂ ਲਾਈਨਾਂ ਦੀ ਹਉਮੈ ਦਾ ਸੁਭਾਅ ਇਹ ਹੈ ਕਿ ਰੱਬ ਨਾਲੋਂ ਵੱਖਰੀ ਆਪਣਾਤ ਬਣੀ ਰਹੇ ਹਉਮੈ ਨੂੰ ਅਹੰਕਾਰ ਨੂੰ ਹੀ ਹੁੰਦਾ ਵੀ ਮੇਰਾ ਆਪਣਾਪਣ ਬਣਿਆ ਰਹੇ ਇਸ ਦਾ ਸਿੱਟਾ ਇਹ ਉਹ ਨਿਕਲਦਾ ਕਿ ਜੀਵ ਉਹੀ ਕੰਮ ਕਰਦੇ ਹਨ ਜਿੰਨਾ ਨਾਲ ਉਹਨਾਂ ਦੀ ਵੱਖਰੀ ਹੋਣ ਦੀ ਠਿਕੀ ਰਹੇ ਇਹ ਵੱਖਰੀ ਹੋਣ ਦੇ ਬੰਧਨ ਵੀ ਇਹੋ ਹਨ ਬਾ ਵਖਰੀ ਹੋਣ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜੰਜੀਰ ਵੀ ਇਹੋ ਹਨ ਤੇ ਇਹਨਾਂ ਦੇ ਅੰਦਰ ਬੰਨੇ ਹੋਏ ਜੀਵ ਮੂੜਮੂੜ ਜੁਨਾਂ ਦੇ ਵਿੱਚ ਪੈਂਦੇ ਹਨ ਫਿਰ ਜਦੋਂ ਹੌਮੇ ਦੇ ਵਿੱਚ ਜਿਹੜਾ ਬੰਦਾ ਵੱਜ ਜਾਂਦਾ ਹੌਮੇ ਇਹੀ ਬੰਦਨਾ ਵੀ ਉਹਨਾਂ ਹੌਮਿਆਂ ਦੇ ਵਿੱਚ ਬੰਨਿਆ ਰਹਿੰਦਾ ਤੇ ਫਿਰ ਫਿਰ ਜੁਨੀ ਪਾਏ ਤਾਰ-ਬਾਰ ਜੁਨੀਆਂ ਦੇ ਵਿੱਚ ਆਈ ਜਾਂਦਾ ਹੈ ਹੌਮੇ ਕਿੱਥੋਂ ਉਪਜੇ ਕਿਥ ਸੰਜਮੇ ਜਾਏ ਹਮੇ ਇਹੋ ਹੁਕਮ ਹੈ ਪਈਆ ਕਿਰਤ ਫਿਰਾਏ ਤਾਂ ਇਹਦੇ ਵਿੱਚੋਂ ਦੇਖੋ ਔਖੇ ਸ਼ਬਦਾਂ ਦੇ ਅਰਥ ਪਹਿਲੀਆਂ ਦੋ ਲਾਈਨਾਂ ਦੇ ਵਿੱਚ ਪਹਿਲਾਂ ਬੱਸ ਦਿਆਂ ਤੁਹਾਨੂੰ ਮੈਂ ਕਿਤੇ ਸੰਜਮ ਦਾ ਮਤਲਬ ਹੈਗਾ ਕਿਸ ਜੋਤੀ ਨਾਲ ਜਾਂ ਕਿਸ ਤਰੀਕੇ ਨਾਲ ਪਈਆ ਕਿਰਤ ਫਿਰਾਏ ਦਾ ਮਤਲਬ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੂੜ ਉਹਨਾਂ ਹੀ ਕੰਮਾਂ ਨੂੰ ਕਰਨ ਲਈ ਦੌੜਦੇ ਹਨ ਤਾਂ ਇਸ ਦੇ ਵਿੱਚ ਦੇਖੋ ਸੁੱਤੇ ਹੀ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੀਵ ਦਾ ਇਹ ਅਡਰੀ ਹਸਤੀ ਵਾਲਾ ਭਰਮ ਅਡਰੀ ਜਾਨੀ ਅਲੱਗ ਦੀ ਹਸਤੀ ਵਾਲਾ ਭਰਮ ਹੈ ਜਿਹੜਾ ਕਿੱਥੋਂ ਪੈਦਾ ਹੁੰਦਾ ਤੇ ਕਿਸ ਤਰੀਕੇ ਨਾਲੇ ਦੂਰ ਹੋ ਸਕਦਾ ਹੈ ਇਸ ਦਾ ਜਵਾਬ ਇਹ ਹੈ ਕਿ ਵੱਖਰੀ ਸਖਸ਼ੀਅਤ ਬਣਾਉਣ ਵਾਲਾ ਪ੍ਰਮਾਤਮਾ ਦਾ ਹੁਕਮ ਹੈ ਤੇ ਜੀਵ ਪਿਛਲੇ ਜਨਮ ਵਿੱਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਨਾ ਹੀ ਕੰਮਾਂ ਨੂੰ ਕਰਨ ਵੱਲ ਦੌੜਦੇ ਹਨ ਅਰਥਾਤ ਉਹ ਪਹਿਲੀ ਹੀ ਸਖਸ਼ੀਅਤ ਨੂੰ ਕੈਮ ਰੱਖਣ ਵਾਲੇ ਕੰਮ ਕਰਨੇ ਲੋਚਦੇ ਹਨ ਇਸ ਲਈ ਉਹ ਹਉਮੈ ਦੇ ਬੰਧਨਾਂ ਦੇ ਵਿੱਚ ਬੰਦੇ ਰਹਿੰਦੇ ਹਨ ਠੀਕ ਹੈ ਹੋਮੇ ਇਹੋ ਹੁਕਮ ਹੈ ਪੈ ਆਕੇ ਤ ਫਿਰਾਈ ਵੀ ਵਾਰੀ ਵਾਰੀ ਉਹਨਾਂ ਬੰਦਨਾਂ ਦੇ ਵਿੱਚ ਹੀ ਉਹ ਬੰਦੇ ਰਹਿੰਦੇ ਆ ਅਗਲੀਆਂ ਲਾਈਨਾਂ ਦੇਖੋ ਹੋਮੇ ਦੀਰਗ ਰੋਗ ਹੈ दारू بیس ਮਾਹੇ ਕਿਰਪਾ ਕਰੇ ਜੇ ਆਪਣੇ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਨੋ ਜਨੋ ਇਤ ਸੰਜਮ ਦੁਖ ਜਾਏ ਤਾਂ ਇਹਨਾਂ ਲਾਈਨਾਂ ਦੇ ਵਿੱਚ ਦੇਖੋ ਕੀ ਫਰਮਾਉਂਦੇ ਆ ਗੁਰੂ ਜੀ ਵੀ ਉਹ ਕਹਿੰਦੇ ਵੀ ਹੋਮੇ ਇੱਕ ਲੰਮਾ ਰੋਗ ਹੈ ਹੋਮੇ ਦੀਰਗ ਰੋਗ ਹੈ ਜਾਨੀ ਲੰਮਾ ਰੋਗ ਹੈ ਅਰਥਾਤ ਇਹ ਇੱਕ ਚਸਕੇ ਵਰਗਾ ਹੈ ਜਾਨੀ ਇੱਕ ਚਸਕਾ ਲੱਗਿਆ ਹੁੰਦਾ ਜਿਹੜਾ ਹਨਾ ਉਹ ਹੋਮੇ ਦਾ दारू ਵੀ ਇਸਮਾਹੇ ਜਾਨੀ ਪਰ ਇਹ ਨੀ ਵੀ ਇਹ ਲਾ ਇਲਾਜ ਹੈ ਠੀਕ ਹੈ ਇਹਦਾ ਇਲਾਜ ਹੈਗਾ ਇਹ ਲਾ ਇਲਾਜ ਨਹੀਂ ਹੈ ਜੇ ਅਕਾਲ ਪੁਰਖ ਆਪਣੀ ਮਿਹਰ ਕਰੇ ਕਿਰਪਾ ਕਰੇ ਜੇ ਆਪਣੀ ਜੇ ਅਕਾਲ ਪੁਰਖ ਆਪਣੀ ਮਿਹਰ ਕਰੇ ਤਾਂ ਜੀਵ ਗੁਰੂ ਦਾ ਸ਼ਬਦ ਕਮਾਉਂਦੇ ਹਨ ਗੁਰਕਾ ਸ਼ਬਦ ਕਮਾਏ ਤਾਂ ਗੁਰੂ ਦੇ ਸ਼ਬਦ ਨਾਲ ਹੌਮੇ ਰੂਪੀ ਧੀਰਗ ਰੋਗ ਤੋਂ ਪੈਦਾ ਹੋਏ ਦੁੱਖ ਵੀ ਦੂਰ ਹੋ ਜਾਂਦੇ ਹਨ ਨਾਨਕ ਕਹੇ ਸੁਨੋ ਜਨੋ ਇਤ ਸੰਜਮ ਦੁੱਖ ਜਾਏ ਤਾਂ ਵੀ ਉਹ ਇਹ ਦੁੱਖ ਹੈ ਜਿਹੜੇ ਉਹਦੇ ਇਹ ਵੀ ਚਲੇ ਜਾਂਦੇ ਆ ਹੌਮੇ ਇਹ ਆਜਾਤ ਹੈ ਸ਼ਬਦ ਦਾ ਕੇਂਦਰੀ ਭਾਵ ਦੇਖੋ ਹੌਮੇ ਦਾ ਸਵਾਏ ਹੈ ਕਿ ਮਨੁੱਖ ਅਜਿਹੇ ਕੰਮ ਕਰਦਾ ਹੈ ਜਿਸ ਨਾਲ ਉਸ ਦੀ ਰੱਬ ਤੋਂ ਵੱਖਰੀ ਹੋਣ ਰਹੇ ਇਹ ਇੱਕ ਧੀਰਗ ਰੋਗ ਹੈ ਤੇ ਰੱਬ ਦੇ ਹੁਕਮ ਨਾਲ ਹੀ ਪੈਦਾ ਹੁੰਦਾ ਹੈ ਤੇ ਰੱਬ ਦੀ ਮਿਹਰ ਨਾਲ ਹੀ ਜਦੋਂ ਗੁਰੂ ਦਾ ਸ਼ਬਦ ਕਮਾਉਂਦਾ ਹੈ ਤਾਂ ਇਹ ਹਉਮੈ ਦਾ ਰੋਗ ਹੈ ਜਿਹੜਾ ਉਹ ਦੂਰ ਹੋ ਜਾਂਦਾ ਹੈ। ਤਾਂ ਇਹ ਸੀ ਦੇਖੋ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਲਿਖੇ ਹੋਏ ਸ਼ਬਦਾਂ ਦੇ ਅਰਥ। ਵੀਡੀਓ ਨੂੰ ਧਿਆਨ ਨਾਲ ਸੁਣੋ ਤੇ ਯਾਦ ਕਰੋ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।